ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰੇ ਸਾਰਿਆਂ ਨੂੰ। ਅਤੇ ਹੋਰ ਸੁਣਾਓ, ਕਿੱਦਾਂ, ਠੀਕ ਠਾਕ ਹੋਵੋਗੇ ਉਮੀਦ ਆ। ਅਤੇ ਜਿਹੜੀ ਟਿੱਡੀ ਦਲ ਆਇਆ ਸੀ ਹਰਿਆਣੇ ਦੇ ਵਿੱਚ, ਸਰਸੇ ਜ਼ਿਲ੍ਹੇ ਦੇ ਵਿੱਚ, ਠੀਕ ਆ, ਉਸ ਤੋਂ ਬਾਅਦ ਹੁਣ ਉਹ ਤੋਂ ਰਾਹਤ ਮਿਲੀ ਆ, ਤਾਂ ਕਣਕਾਂ ਦੇ ਵਿੱਚ ਇੱਕ ਨਵੀਂ ਮੁਸੀਬਤ ਜਿਹੜੀ ਉਹ ਖੜ੍ਹੀ ਹੋ ਗਈ ਆ। ਅਤੇ ਉਹ ਹੈਗਾ ਜੀ ਪੀਲਾਪਣ ਜਿਹੜਾ ਕਣਕਾਂ ਦੇ ਵਿੱਚ ਪਈ ਜਾਂਦਾ, ਠੀਕ ਆ ਜੀ। ਮਤਲਬ ਜਿਵੇਂ ਆਪਣਾ ਪਾਣੀ ਜ਼ਿਆਦਾ ਖੜ੍ਹ ਜਾਂਦਾ ਜਾਂ ਕਿਸੇ ਚੀਜ਼ ਦੀ ਘਾਟ ਹੋ ਗਈ, ਹੈ ਨਾ, ਅਤੇ ਉਹਦੇ ਨਾਲ ਜਿਹੜਾ ਪੀਲਾਪਣ ਜਿਹਾ ਹੋ ਜਾਂਦਾ, ਬਣੀ ਜਾਂਦਾ ਇਹਦਾ। ਅਤੇ ਜੇ ਤੁਹਾਨੂੰ ਕਿਤੇ ਵੀ ਆਪਣੇ ਖੇਤ ਦੇ ਵਿੱਚ ਟਰਾਈ ਮਾਰ ਕੇ ਦੇਖੋ ਕਿਤੇ ਵੀ ਪੀਲਾ ਪੱਤਾ ਦਿੰਦਾ, ਤਾਂ ਤੁਸੀਂ ਫੌਰਨ ਜਿਹੜਾ ਡਾਕਟਰ ਨੂੰ ਦਿਖਾ ਕੇ ਜਾਂਚ ਜਿਹੜੀ ਉਹ ਕਰ ਸਕਦੇ ਹੋ, ਹੈ ਨਾ। ਥੋੜ੍ਹੀ ਜ਼ਿਆਦਾ ਧੁੱਪਾਂ ਮੈਂ ਖੇਤ ਹਰਾ ਵੱਢਣ ਆਇਆ ਸੀਗਾ ਕੱਖ, ਅਤੇ ਮੈਂ ਤੁਹਾਨੂੰ ਦਿਖਾਉਣਾ ਇੱਧਰਲੀ ਛੱਡ ਜਿਹੜੀ ਮੇਰੇ ਨਾਲ ਕਣਕ ਖੜ੍ਹੀ ਇੱਕ ਹੋਰ ਆ। ਦੇਖੋ ਆਹ ਕਣਕ ਕੋਰ ਖੜ੍ਹੀ ਹਲ ਤੱਕ, ਠੀਕ ਹੈ ਜੀ, ਕੋਰ ਹੈ ਕਣਕ। ਅਤੇ ਇਹ ਹੈਗਾ ਜੀ 29-67 ਜਿਹੜਾ ਬੂਝਾ ਹੈਗਾ, ਦੇਖੋ ਜੀ, ਮਤਲਬ ਆਹ ਇੱਕ ਬੂਝਾ ਹੈਗਾ, ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਟਾਂਗਾ ਦੇਖ ਸਕਦੇ ਹੋ, ਕਣਕ ਦਾ ਇੱਕ ਉਘਰਾ, ਅਤੇ ਬਹੁਤ ਸੋਹਣੀ ਕਣਕ ਹੈ ਨਾ। ਤਕਰੀਬਨ ਸਭ ਦੀ ਇਹੀ ਮਤਲਬ ਵੀ ਚੰਗੀ ਕਣਕ ਹੈਗੀ, ਕੋਈ 29-67 ਕੋਈ 30-86, ਹੈ ਨਾ। ਨਰਮ ਵਾਲੀਆਂ ਥੋੜ੍ਹੀਆਂ ਜਾਂ ਨਰਮ ਹੈਗੀਆਂ ਕਣਕ, ਇਹ ਝੋਨੇ ਵਾਲੀ ਕਣਕ ਦੇਖ ਸਕਦੇ ਹੋ ਤੁਸੀਂ, 12-13 ਜਿਹੜੀਆਂ ਟਾਂਗਾ 29-67 ਦੇ ਵਿੱਚ, ਅਤੇ ਉਦੋਂ ਬਾਅਦ ਜਿਹੜੀ 30-86 ਕਣਕ ਆ ਉਹਦੇ ਵਿੱਚ ਹੈਗੀਆਂ ਜੀ 35 ਅਤੇ ਲਗਭਗ ਵੀ 25 ਦੇ, ਹੈ ਨਾ। ਵਿੱਚ 12-13 ਟਾਂਗਾ ਜਿਹੜੀਆਂ ਕੱਢੀਆਂ ਨੇ ਕਣਕ ਨੇ 29-67 ਨੇ, ਅਤੇ 30-86 ਨੇ ਜਿਹੜੀਆਂ ਉਹ ਜ਼ਿਆਦਾ ਟਾਂਗਾ ਕੱਢੀਆਂ ਹੋਈਆਂ ਨੇ, ਠੀਕ ਹੈ ਜੀ। ਡਬਲ ਬੂਝਾ ਹੈਗਾ, ਦੋ ਬੂਝਾ ਤੁਸੀਂ ਜੜ ਤੋਂ ਦੇਖ ਸਕਦੇ ਹੋ, ਦੇਖੋ ਜੜ ਤੋਂ ਦੇਖ ਸਕਦੇ ਹੋ, ਦੋ ਬੂਝੇ ਇਹ, ਇੱਕ ਆਹ ਬੂਝਾ ਇੱਕ ਆਹ ਬੂਝੇ ਦੇ ਨਾਲ, ਠੀਕ ਹੈ ਜੀ। ਤਾਂ ਆਪਦੇ ਕਣਕ ਦੇ ਧਿਆਨ ਰੱਖੋ। ਦੇਖੋ ਜਿਵੇਂ ਪੀਲਾ ਪੱਤਾ ਹੈ ਨਾ ਕਿਤੇ ਕਿਤੇ ਦਿਖਾਈ ਦਿੰਦਾ ਜਾਂ ਤਾਂ ਉੱਗੀ, ਹੈ ਨਾ, ਜਿਵੇਂ ਪਾਣੀ ਜ਼ਿਆਦਾ ਖੜ੍ਹ ਜਾਂਦਾ ਕਈ ਵਾਰੀ ਉਹਦੇ ਕਾਰਨ ਬਣ ਜਾਂਦਾ ਹੈਗਾ। ਕਣਕ ਦੀ ਬੈਸਟ ਗਰੋਥ ਹੈ ਇੱਥੇ, ਵਧੀਆ, ਬਹੁਤ ਘੰਟ ਆ। ਇਹ ਆ ਭੀਮ ਦਾ ਬੱਕਰੀ ਫਾਰਮ, ਬੱਕਰੀ ਫਾਰਮ। ਹੋਰ ਕਿੱਦਾਂ, ਠੀਕ ਹੈ, ਬੱਕਰੀਆਂ ਦਾ ਬਣਾਉਣਾ, ਵਧੀਆ। ਭੀਮਾ ਆਪ ਨਹੀਂ ਆਇਆ ਅੱਜ, ਅੱਛਾ ਚੱਲ ਲਾ ਫਿਰ ਇੱਟਾਂ ਇੱਟਾਂ। Thank you.
ਜੀ ਮੈਂ ਟਰੈਕਟਰ ਲਿਆ ਕੇ ਜਿਹੜਾ ਉਹ ਘਰ ਰੋਕਤਾ, ਇਹਦੇ ਵਿੱਚੋਂ ਅੱਧਾ ਹਰਾ ਜਿਹੜਾ ਲਾ ਕੇ ਉਹ ਆਪਾਂ ਨੂੰ ਹੱਥੀ ਜਿਹੜਾ ਕੁਤਰ ਦਾਂਗੇ, ਠੀਕ ਹੈ ਜੀ। ਤਾਂ ਕਿ ਜਿਹੜਾ ਇਹ ਦੋ ਦਿਨ ਹਰਾ ਕੱਟ ਜਾਂਦਾ, ਸਿਆਲਾਂ ਦੇ ਵਿੱਚ ਜਿਹੜਾ ਉਹ ਹਰਾ ਖਰਾਬ ਨਹੀਂ ਹੁੰਦਾ, ਤਾਂ ਦੋ ਦਿਨ ਉਹ ਕੱਟ ਹੀ ਜਾਂਦਾ, ਠੀਕ ਹੈ ਜੀ। ਆਪਾਂ ਅੱਧਾ ਹਰਾ ਜਿਹੜਾ ਕੁਤਰ ਦਾਂਗੇ ਅਤੇ ਅੱਧਾ ਹਰਾ ਕਰਕੇ ਆਪਾਂ ਜਿਹੜਾ ਗੁਜ਼ਰਾਂਗੇ, ਹੈ ਨਾ। ਅਤੇ ਦੇਖਦੇ ਰਹੋ ਅੱਗੇ ਵੀਡੀਓ, ਅਤੇ ਨਾਲੇ ਆਪਣੀ ਕਸਰਤ ਜਿਹੜੀ ਉਹ ਹੋ ਜੂਗੀ, ਹੈ ਨਾ, ਘਰਾਂ ਦੇ ਵਿੱਚ ਕਿਸ ਤਰ੍ਹਾਂ ਆਪਾਂ ਪੁਰਾਣੀਆਂ ਜਿਹੜਾ ਕੁਦਰਤੀ ਸੁਣ, ਤਾਂ ਅੱਜ ਕੱਲ੍ਹ ਤਾਂ ਮੋਟਰਾਂ ਜਾਂ ਫਿੱਟ ਦਾ ਇਸਤੇਮਾਲ ਕਰਦੇ ਨੇ ਸਭੀ, ਹੈ ਨਾ, ਸਾਰੇ ਜਿੰਨੇ ਵੀ ਤਕਰੀਬਨ ਹੈਗੇ ਨੇ। ਅਤੇ ਚਲੋ ਫਿਰ ਆਪਾਂ ਕੁਦਰਦੇ ਹਾਂ ਹੱਥੀਂ ਹਰਾ, ਮੈਂ ਲਾਤਾ ਸੀ ਰੇਹੜੀ 'ਚ ਉੱਦਾਂ, ਅਤੇ ਦੇਖੋ ਫਿਰ ਅੱਗੇ ਵੀਡੀਓ, ਠੀਕ ਹੈ ਜੀ। ਬਹੁਤ ਬਹੁਤ ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ। ਤਾਂ ਮਿਲਦੇ ਹਾਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਧੰਨਵਾਦ।